मान इब्राहिम असलाम अलैकुम वेख रहे हो तुम अपना करनामा चैनल से मैं तुहाडा मेज़बान अजी इरफान भरावां वास्ते रोजाना की नवी की नवी वीडियो लैके आ भी इंशाल्लाह उम्मीद करना कि वीडियो तुहाडे पसंद आती है तुसीं लाइक भी करते हो शेयर भी करते हो। सब तो पहला अपने चैनल को करना सबसक्राइब तो बैल आइकॉन का बटन जरूर दबाना ताकि साड़ी नवी वीडियो जी तुहाडे तक आसानी पहुंच सके। बस सिलसिलेवार वीडियो जी हफ्ते वाले दिहाड़े दस्या सी बुधवार की वीडियो है मदसर चीमा पिंड ऐरा वाला कलां जिला तहसील वजीराबाद आज की वीडियो च अठ मझां दे इक झोटा नौ जानवर ने ते जानवर वेखने ने अगली गलबात जी मदसर चीमे को पुछने बाकी सारे भरावां की मेहरबानी है मुहब्बत का शुक्रिया। जिथे जिथे भी भरा वीडियो वेखते हो कमेंट्स करते हो लाइक भी करते हो अल्लाह पाक तुहानू अपने ईमान च रखे ते सेहत दे तंदुरुस्ती दे ईमान वाली और सेहत वाली लंबी जिंदगी अल्लाह ताला तुहानू अता करे। लो जी जानवर शुरू करने आ बाकी जिहड़ियां गल्लां ने ना मदसर चीमे को वीडियो विच नाल नाल पुछने आ। अस्सलाम वालेकुम जी। वालेकुम सलाम भाई साहब। चीमा साहब आ बड़ी गल है हफ्ते वीडियो बनी है ते मैं कहया बुद्ध वीडियो तुसी आख्या जी अल्लाह दे हुक्म नाल अल्लाह दे हुक्म नाल कल ही डंगर लाउण यानी के बुद्ध दे बुद्ध बुद्ध दे बुद्ध बुद्ध दे बुद्ध बुद्ध दे बुद्ध वजीराबाद मेला लगे करदा इंशाल्लाह लगे करदा की ख्याल है जी दो दिनां दे विच अल्लाह ने मदद कीती नीयत होवे ना बंदे दी साफ जी अल्लाह टोला देंदा क्या राजी है चीमा दे गल्ला जी साहब पता की है ਤੁਹਾਡੇ ਸਲਾਮ ਦਾ ਵੀ ਇੱਕ ਦਿੱਤੀ ਹੈ ਅਰਸ਼ਦ ਬਲਗਣ ਪਿੰਡ ਆਲੂਸ਼ੁਦਾ ਆਲੂਸ਼ੁਦਾ ਇਹ ਕਿਹੜੇ ਲਾਗੇ ਵਿੱਚ ਹੈ ਨਾਲ ਪਿੰਡ ਆਲੂਸ਼ੁਦਾ ਟੁੱਟਣ ਵਾਲੀ ਹੈ ਵਜ਼ੀਰਾਬਾਦ ਵਿੱਚ ਵਜ਼ੀਰਾਬਾਦ ਦੇ ਵਿੱਚ ਤੁਹਾਡੀ ਵੀਡੀਓ ਵੇਖਦੇ ਰਹਿੰਦੇ ਨਾ ਉਹਨਾਂ ਸਲਾਮ ਦਾ ਤੁਹਾਡੀ ਦਿੱਤੀ ਵਾਲੇਕਮ ਸਲਾਮ ਜੀ ਭਾਈ ਅਰਸ਼ਦ ਆਲੂਸ਼ੁਦਾ ਪਿੰਡ ਟੋਡਾ ਸਾਡੀ ਤਰਫੋਂ ਵੀ ਭਾਈ ਸਲਾਮ ਤੁਹਾਨੂੰ ਜੀ ਬੜੀ ਮਿਹਰਬਾਨੀ ਭਾਈ ਗੱਲ ਪਤਾ ਕੀ ਹੈ ਜੀ ਕਾਰੋਬਾਰ ਸਾਰੇ ਬੰਦੇ ਕਰਦੇ ਨੇ ਅੱਲਾ ਸਭ ਚਲਾਏ ਭਰਾ ਜਿਹੜੇ ਨਾ ਜਿਵੇਂ ਪਿਆਰ ਕੀਤਾ ਨੇ ਨਾ ਗੱਲ ਸੁਣੋ ਇੰਗੀ ਅਸੀਂ ਵੀ ਜਿਹੜਾ ਨਾ ਕੋਸ਼ਿਸ਼ ਕਰਾਂਗੇ ਕਿ ਇੰਨੇ ਤੋਂ ਦੇ ਗੱਲ ਸੁਣੋ ਜਿਵੇਂ ਮਾਲ ਲੱਭੇ ਤਾਂ ਅਸੀਂ ਉਹੀ ਪਿਆਂ ਦੇ ਅਸੀਂ ਨਾ 50000 ਨਾ ਲੱਖ ਸਾਨੂੰ 5 ਵੀ ਲੱਭੇ ਅਸੀਂ ਡੰਗਰ ਵੇਚਦੇ ਆ ਇਨਸ਼ਾ ਅੱਲਾਹ ਦੀਆਂ ਚੀਮਾ ਤੇਰੇ ਤੇ ਸ਼ੁਰੂ ਕਰੀਏ ਆਦੇ ਇੱਕ ਮਿੰਟ ਦੇ ਗੱਲ ਬਤਾ ਕਿੱਥੇ ਤੋਂ ਸ਼ੁਰੂ ਕਰੋ ਚਲੋ ਲੋ ਜੀ ਮਸਲਾ ਜਿਹੜਾ ਹੈ ਤਾਂ ਸੋਕ ਨਹੀਂ ਫੇਰ ਕਰਾਂਗੇ ਅਗਲੇ ਵਾਰ ਲੋ ਜੀ ਮਾਈ ਨੰਬਰ 1 ਜੀ ਆ ਹੁਣੀ ਸੂਈ 1 ਘੰਟਾ ਡੇਢ ਹੋ ਗਿਆ ਸੂਈ ਨੂੰ ਡੇਢ ਢਾਈ ਸਾਹਿਬ ਹੋ ਗਿਆ ਝੋਟੀ ਨੂੰ ਸੂਈ ਨੂੰ ਜੀ ਪੱਕੀ ਤੀਸਰੇ ਸੂਏ ਝੋਟੀ ਹੈ ਇੱਥੋਂ ਹੀ ਲਈ ਆ ਆਪਣੇ ਨਾਲ ਦੇ ਪਿੰਡ ਨੂੰ ਤੀਸਰੇ ਸੂਏ ਹੀ ਉਧਰੋਂ ਪਹਿਲਾਂ ਯਾਰ ਆਦੀਆਂ ਤੇਰੇ ਤੇ ਚੀਮਾ ਝੋਟੀ ਆਂਦੀ ਸੀ ਉਹਨਾਂ ਦੂਜਣ ਵੀ ਬਣਾ ਸਕਦੇ ਨਾ 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 ਝੋਟੀ ਉਹਨਾਂ ਪਹਿਲਾਂ ਆਂਦੀ ਹੈ ਜੀ ਉਹਨੂੰ ਅਰਫਾ ਯਲੋ ਠੀਕ ਹੈ ਦੋ ਸੂਏ ਨਾਲ ਚੁੰਗੀ ਹੈ ਝੋਟੀ ਠੀਕ ਹੈ ਤੀਸਰਾ ਸੂਏ ਕੋਈ ਭਰਾ ਵੇਖ ਲੈ ਚੌਥੇ ਆ ਕੋਈ ਬੰਦਾ ਸਾਬਤ ਕਰੇ ਮੈਂ ਮਾਈ ਫਰੀ ਦੇ ਦਿਆਂ ਦਾ ਯਾਰ ਆਦੀਆਂ ਤੇਰੇ ਤੇ ਅੱਛਾ ਕਿਲ ਛਿਲ ਮਾਰੇ ਜੇ ਨਾ 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 ਗਲਤ ਗੱਲ ਨਹੀਂ ਇਹ ਘੇੜਾ ਡੇਢ ਹੋਇਆ ਸੂਈ ਨੂੰ ਮੈਂ ਗਲਤ ਗੱਲ ਨਹੀਂ ਕਿਲ ਮਾਰ ਕੇ ਜਿਹੜੇ ਲਿਆਂਦੀ ਜੀ ਪਾਸ ਇੱਕ ਨੰਬਰ ਝੋਟੀ ਹੋਵੇ ਦੀ ਗਰੰਟੀ ਟੋਟੀ ਸੋ ਮੈਂ ਇੱਕ ਨੰਬਰ ਝੋਟੀ 'ਚ ਕੋਈ ਫਰਕ ਨਹੀਂ ਆ ਕੱਟੀ ਦਿੱਤੀ ਸੂ ਜੀ ਘੇੜਾ ਡੇਢ ਹੋਇਆ ਸੂਈ ਨੂੰ ਕੱਟੀ ਸੂਏ ਸੂਏ ਦੇ ਠੀਕ ਹੈ ਮੈਂ ਵੀ ਆ ਸਕਣਾ ਆ ਰਫਾਲਾ ਪਰ ਨਹੀਂ ਪਿੱਛੂ ਆ ਰਫਾਇਆ ਪੈ ਤੁਰੀਏ ਮੈਂ ਇਥੋਂ ਨਾਲ ਪਿੰਡ ਜੋੜੇ ਦੇ ਨਾਲ ਚੋਰਾਂ ਵਾਲੀ ਪਿੰਡ ਆਪਣਾ ਭਰਾ ਹੈ ਉਹਦੇ ਕੋਲ ਕੱਲ ਝੋਟੀ ਲਈ ਇਹ ਦੋ ਨੰਬਰ ਗੱਲ ਨਹੀਂ ਕਰਨੀ ਕਿੰਨੇ ਦੀ ਦੇਣੀ ਜੇ ਆਈ ਸਾਹਿਬ ਕਿਸੇ ਭਰਾ ਨੂੰ ਪਸੰਦ ਆ ਜੇ ਨਾ 3 ਨਾ 3.5 2,75,000 ਦਾ ਦੀ ਝੋਟੀ ਦੇ ਦਿਆ ਦਾ ਫਾਈਨਲ 3.5 ਦੀ 3.5 ਦੀ ਝੋਟੀ ਦੇ ਦਿਆ ਯਾਰ ਰਾਜ਼ੀਆਂ ਚੀਮਾ ਵਾ ਤੇਰੇ ਤੇ ਬੁੜਕਿਆ ਮੈਂ ਪਿਆ ਲੋ ਜੀ ਅੱਗੇ ਆ ਗਈ ਮਾਈ ਨੰਬਰ 2 ਹਾਂਜੀ ਚੋਰੋ ਜੀ ਹੈਗਾ ਚੋਰੋ ਜੀ ਤੇ ਕੱਲ ਦੀ ਸੂਈ ਚੜਾ ਦੀ ਜੀ ਇਹ ਤੀਸਰੀ ਚੁਆਈ ਹੋਣੀ ਜੇ ਇਹ ਕੀ ਸੂਆ ਲਾਇਆ ਤੀਸਰਾ ਪੱਕਾ ਇਹਦਾ ਵੀ ਤੀਜਾ ਤੀਸਰਾ ਪੱਕਾ ਗਲਤ ਗੱਲ ਬੱਚਾ ਕੀ ਦਿੱਤਾ ਸੂ ਇਹ ਜੇ ਕੱਟਾ ਇਹਨਾਂ ਕੱਟਾ ਸੂ ਨਾਲ ਇਹ ਜੇ ਇਹ ਕੱਚੀ ਸੂਈ ਜੇ ਨੀ ਗੱਲਾਂ ਦੀ ਉਹਦਾ ਪੁੱਤਰ ਇਹ ਕੱਟੇ ਦਾ ਇਹ ਕੱਟਾ ਜੇ ਕੀ ਚੁਆਈ ਸ਼ਾਈ ਕੀਤੀ ਜੇ ਆਈ ਸਾਹ ਪਹਿਲਾਂ ਦੇ ਬਾਵਾ ਚੋਇਆ 7-8 ਕਿਲੋ ਅੱਛਾ ਐਵੇਂ 15-16 ਨਹੀਂ ਆਖਣਾ ਜਿੰਨਾ ਦੁੱਧ ਚੋਇਆ ਉਹਨਾਂ ਦੱਸਣਾ ਯਾਰ ਆਦੀਆਂ ਤੇਰੇ ਤੇ ਥਣ ਪਾਵਰ ਵਾਲਾ ਹੋਵੇ ਦਾ ਸਮਾ ਚੰਗਾ ਹੋਵੇ ਦਾ ਲੱਕੜ ਚੰਗੀ ਸੂ ਝੋਟੀ ਜਵਾਨ ਚੰਗੀ ਅੱਛਾ ਸੂਆ ਤੀਜਾ ਲਾਇਆ ਤੀਸਰਾ ਸੂਆ ਤੀਸਰੀ ਚੁਆਈ ਹੋਣ ਕਰਨੀ ਜੇ ਤੇ ਕੀ ਮੁੱਲ ਕਰਨਾ ਇਹਦਾ ਆਈ ਸਾਹ ਬਿਲਕੁਲ ਜਾਇਜ਼ ਕਰਨਾ ਜੀ ਕਿਸੇ ਭਰਾ ਨੂੰ ਝੋਟੀ ਪਸੰਦ ਆ ਜੇ 2.5 ਲੱਖ ਦੀ ਦੇ ਦਿਆਂ 2,75,000 ਕੱਢ ਦੀ ਥਣ ਵੇਖੋ ਝੋਟੀ ਕਿੰਨੀ ਵੀ ਕੱਢਦੀ ਮੂੰਹ ਦੀ ਕੀ ਆਹੀ ਹਮਦਾ ਛਿੱਗੀ 6 ਦੰਦ ਉਹਦਣ ਨੂੰ ਡਬਲ ਹੋ ਗਈ ਥਣ ਮਾਸ਼ਾਅੱਲਾ ਵੇਖਿਆ ਮੈਂ ਆਖਿਆ ਸੀ ਮਾਸ਼ਾਅੱਲਾ ਥਾਣੇ ਦਾ ਬੰਨਣਾ ਪਾਵਰ ਵਾਲਾ ਲੋ ਜੀ ਅੱਜ ਮੁੱਲ ਲਾ ਦਿੰਨੇ ਆ ਆਹ ਲਾ ਦਿੰਨੇ ਆ ਪਿਆਰ ਮੁਹੱਬਤ ਨਾਲ ਲਾਣਾ ਜੀ 3.5 ਵੀ ਨਹੀਂ ਲਾਣਾ 3.25 ਵੀ ਨਹੀਂ ਲਾਣਾ ਜੀ ਫੈਨਰ ਰੇਟ ਲਾਣਾ ਬਿਲਕੁਲ ਆ ਛੋਟੀ ਦਾ ਜੀ ਲੋਕਾਂ ਨੂੰ ਦੇਣਾ ਪਿਆਰ ਨਾਲ ਨੀ ਫੱਗੇ ਦੁਨੀਆ ਜਿਹੜੀ ਜੱਬ ਗਈ ਏ ਜੀ
2,85,000 ਦੀ ਭਰਾ ਨੂੰ ਝੋਟੀ ਪਸੰਦ ਆਏ 3 ਨੰਬਰ ਜੀ 2,85,000 ਦੀ ਸਾਡਾ ਝੋਟੀ ਦੇ 2,85,000 ਹਾਂ ਆ ਮਦਸਰ ਚੀਮਿਆ ਤੇਰੇ ਮੇਲੇ ਮੇਲੇ ਤੇਰੇ ਦੇ ਨਾਲ ਤੇਰੇ ਰੋਲੇ ਮੁੱਲ ਜਾਦ ਵਾਲਿਆ ਜੰਗਰ ਤਾ ਲਿਖਦੇ ਨੇ ਰੋਲੇ ਤੇਰੇ ਭਾਈ ਰੋਲੇ ਇਨਸ਼ਾਅੱਲਾ ਜੀ ਮੈਂ ਪਿਆ ਜਵਾਨਾ ਲੈ ਜੀ ਆਪਣਾ ਮਜ਼ਾ ਪੁੱਤਰ ਲਿਆ ਮਾ ਨੰਬਰ 4 4 ਨੰਬਰ ਲਿਆ ਜੀ ਮਾ ਅੱਜ 8 ਮਜ਼ਾ ਜੇ ਇੱਕ ਝੋਟਾ ਜੇ ਭਾਈ झोटी का पक्का लाना झोटी ने जवान हो गई क्या बात आखना चीचा पता नहीं दिखला झोटी जी वेख लैन दे मुकद्दर ना विकी ते अगले पुद रेट इंशाल्लाह माए नंबर 6 लिया लो जी 8 मजा लेके झोटा जे 8 ਵਜੇ ਆਏਗੀ ਝੋਟਾ ਆਈ ਦੀ ਵੀਡੀਓ ਚ ਪਹਿਲੀ ਵਾਰੀ ਬਣਦੀ ਜੇ 2 ਤੀਸਰੇ ਸਵੇ ਝੋਟੀ ਜੇ ਜੀ ਨਾਲ ਦੇ ਪਿੰਡੋਂ ਲਈ ਐ ਮੈਂ ਨਾਲ ਦੇ ਪਿੰਡੋਂ ਇੱਥੋਂ ਆਪਣੇ ਪਿੰਡੋਂ ਨਾਲ ਦੇ ਰੋਜੀ ਤੀਸਰੇ ਸਵੇ ਝੋਟੀ ਸੂਣ ਵਾਲੀ ਐ ਨਾ ਸੂਣ ਆਈ ਦਿਹਾੜੇ 7 ਤੋਂ 8 ਕੱਢੇ ਦੀ 7 ਤੋਂ 8 ਕਮਾਲ ਹੀ ਕਰੀ ਆਵਣਾ ਚੀਮਾ ਜੀ ਮੈਂ ਪਿਆ ਮੈਂ ਸੋਣਾ ਜੀ ਝੋਟੀ ਦਾ ਬਜ਼ੂਰ ਸੋਣਾ ਥਣ ਸੋਣਾ ਠੀਕ ਐ ਇੱਕ ਘੱਡੀ ਦੀ ਝੋਟੀ ਐ ਮਾਸ਼ਾਅੱਲਾ ਸਵੇ ਤੀਸਰਾ ਇਹਦਾ ਤੀਸਰੇ ਸਵੇ ਮੂੰਹ ਜੱਥ ਮਾਰ ਕੇ ਵਹਾ ਦੇ ਵਾ थोड़ी जी माज देनी ना माशाल्लाह किन्ने कु दिहाड़े कढ़दी है 4-5 दिन कढ़े दी माशाल्लाह 4-5 दिन की मुल लाना मुल बिलकुल ज्यादा लाना जी बिलकुल खाली रहने भाई पहला झोटी का भी ना गोया होगा इंदा अंदरों इंदी साफ है मज अच्छा की मुल करना केदा ऐसा फाइनल 2.5 लाख दी जे के भरा पसंद आवे ना मज गोलन मज जे चंगी लगे 2.5 लाख दी जे के भरा पसंद आवे ते ला जे ठीक है जी लिया जी मुड़िया माए नंबर 8 लिया हमजा माए नंबर 8 ते फिर झोटा लिया नेड़े कर मज नंबर 8 जी आज दी वीडियो दी आखिरी मज ऐसा बे जी मज उधरों आई है ਇਹਦਾ ਸਿੰਘ ਪਹਿਲੇ ਸਵੇਰ ਟੁੱਟੇ ਆ ਕੋਈ ਦੰਦ ਹਿਲਦਾ ਮਾਜ ਦਾ ਕੋਈ ਥਣ ਚ ਨੂੰ ਕੁਛ ਹੋਵੇ ਬਰੀਕ ਮਾਜ ਹੈ ਵੇਲ ਕਾ ਤੇ ਨਸਲ ਆਪੀ ਜੀ ਵੇਖ ਲੈਣ ਦੇ ਸਰਕਾਰ ਕੋਈ ਦੰਦ ਨਹੀਂ ਹਿਲਦਾ ਕੋਈ ਕੁਝ ਨਹੀਂ ਜੀ
ਮਾਈ ਦੀ ਲੱਕੜ ਹਕੜ ਵੇਖ ਲੈਣ, ਨਸਲ ਵੇਖ ਲੈਣ, ਬਸ ਸਿੰਘ ਦਾ ਬੱਜ ਆ, ਹੋਰ ਕੋਈ ਬੱਜ ਨਹੀਂ। ਠੀਕ ਹੈ, ਇਹ ਵੀ ਟੁੱਟ ਗਏ ਆ ਪਹਿਲੇ। ਕਿੰਨੇ ਕੁ ਡਾਂਗ ਕੱਢਦੀ ਏ? ਇਹ 15 ਦਿਨ ਮਾਈ ਕੱਢੇ ਦੀ 15 ਡਾਂਗ ਚੰਗੀ ਲੱਗਦੀ ਭਾਈ। 15 ਡਾਂਗ ਕੱਢਦੀ ਏ ਮੁੰਡੇ ਤੁਹਾਰੇ, ਸੂਏ ਦਾ ਕੋਈ ਪਤਾ ਨਹੀਂ, ਸੂਏ ਦਾ ਕੋਈ ਪਤਾ ਨਹੀਂ, ਚੌਥੇ ਵੇ ਪੰਜਵੇਂ ਵੇ ਪਰ ਦੰਦ ਪਹਿਲਣ। ਠੀਕ ਹੈ, ਦੰਦ ਪਹਿਲਣ ਵਾਲੇ ਵੱਡੇ ਨੇ ਦੰਦ ਰਹਿਣ। ਮਾਸ਼ਾਅੱਲਾ, ਇਹ ਨਫੀ ਮੱਝ, ਇਹਨੂੰ ਕੋਈ ਕੋਈ ਦੰਦ ਹਿੱਸਦਾ, ਕੋਈ ਟੈਨਸ਼ਨ ਨਹੀਂ। ਅੱਛਾ, ਕੀ ਮੁੱਲ ਕੀ ਹੈ? ਇਹ ਮੁੱਲ ਤਾਂ ਲਾਉਣਾ ਸੀ ਕੁਝ ਹੋਰ। ਅੱਛਾ, ਇਹ ਜੈਲ ਬਿਲਕੁਲ ਲਾਸ਼ਨ ਨਾ ਰੇਟ, ਕਿਸੇ ਭਰਾ ਨੂੰ ਪਸੰਦ ਆਵੇ ਫਾਈਨਲ 2 ਲੱਖ ਦੀ ਮਾਈ ਦੇ ਦਿਆਂ, ਥਣਾਂ ਦੀ ਦੰਦਾਂ ਦੀ ਗਲਤ ਹੋਈ ਮੱਝ ਮੇਰੀ। ਠੀਕ ਹੋ, ਫਾਈਨਲ 2 ਲੱਖ, 2 ਲੱਖ ਦੀ ਮਾਈ ਦੇ ਦਿਆਂ। ਬਸ ਜੀ, ਹੁਣ ਲਿਆਓ ਝੋਟਾ ਜੀ, ਤੇ ਝੋਟਾ। ਹਾਂਜੀ, ਕੱਟਾ ਖੀਰਾ? ਖੀਰਾ ਪੱਕਾ, ਪੱਕਾ ਖੀਰਾ। ਹਾਂਜੀ, ਕੱਟ ਵੇਲ ਨਸਲੀ ਝੋਟਾ, ਉਹ ਬੰਦਾ ਭਰਾ ਦੇ ਦੇਖ ਲਓ ਜੀ, ਪੱਕਾ ਖੀਰਾ ਕੱਟਾ। ਮਾਸ਼ਾਅੱਲਾ, ਝੋਟਾ ਪੂਰਾ ਸੁਥਰਾ। ਤੇ 4 ਮਣ ਹੈ? 4 ਮਣ ਗੋਸ਼ਤ ਜਿਹੜਾ ਨਾ, ਸਹੀ ਗੋਸ਼ਤ 4 ਮਣ ਹੈ, ਸਿਰ ਵੱਧ ਸਕਦਾ ਘਟਦਾ ਨਹੀਂ, ਅਸੀਂ ਬਦਨ ਉਹ ਪਾਵਾਂ ਜਿਹੜਾ ਹੈ ਝੋਟੇ ਦਾ। ਲਓ ਜੀ, ਤੁਹਾਡੀ ਫਰਮਾਇਸ਼ ਵੀ ਅੱਜ ਪੂਰੀ ਹੋ ਗਈ ਹੈ ਜੀ। ਚਾਚਾ ਘੋਨਾ, ਹਾਂਜੀ, ਚਾਚਾ ਘੋਨੇ ਦੀ ਵੀਡੀਓ ਵੇਖ ਲੈਣੀ ਹੈ ਜੀ ਅੱਜ, ਇਰਫਾਨ ਚੈਨਲ ਦੇ ਜਿਹੜੇ ਭਰਾ ਕਹਿੰਦੇ ਨੇ ਨਾ, ਜਾਨਵਰ ਦੁੱਧ ਨਹੀਂ ਦਿੰਦਾ, ਤੇ ਨਾਲੇ ਜਿਹੜਾ ਬੰਦਾ ਕਹਿੰਦਾ ਕਿ ਜਿਹੜਾ ਆਪਣਾ ਜੇਬ ਨਹੀਂ ਪੈਂਦੀ, ਦੁੱਧ ਨਹੀਂ ਦਿੰਦਾ ਜਾਨਵਰ, ਉਹ ਚਾਚਾ ਕਹਿੰਦਾ ਜੇ ਜਾਨਵਰ ਦੁੱਧ ਨਾ ਦੇ ਤੇ ਮੇਰੇ ਨਾਲ ਰਾਬਤਾ ਕਰ ਲਿਓ। ਚਾਚਾ ਘੋਨਿਆ ਵੀ ਰਾਜ ਮਿੰਟ ਹੈ। ਲੋ ਜੀ, ਕੱਟੇ ਦਾ ਮੁੱਲ ਸੁਣ ਲੋ ਇਚਰਾਂ ਨੂੰ। ਕਿੰਨਾ ਚਿਰ ਹੋਇਆ ਵੇਖ ਲੋ, 15-20 ਮਿੰਟ ਲੱਗੇ ਨੇ। ਕੀ ਕੱਟਾ ਤੂੰ ਕੱਟੀ? ਕੱਟਾ ਦਿੱਤਾ, ਕੱਟਾ ਜੀ। ਚੌਥੇ ਨੰਬਰ ਤੇ ਪਾਈ ਨਾ ਮਾਜ, ਚੌਥੇ ਤੇ ਪਾਈ ਨਾ। ਜੀ ਅਖਤਰ ਅਲ ਮਰੂਫ ਚਾਚਾ ਘੋਨਾ, ਚਾਚਾ ਜਿਹੜਾ ਵੀਡੀਓ ਬਣਾ ਸੜੀ ਆ ਨਾ ਅੱਜ, ਭਰਾਵਾਂ ਨੂੰ ਕਹਿ ਦੇ ਜੇ ਨੁਕਸੇ ਦਾ ਫਾਇਦਾ ਨਾ ਹੋਵੇ ਮੇਰੇ ਨਾਲ ਰਾਬਤਾ ਕਰ ਲਈ। ਮੈਂ ਨੰਬਰ ਦਿੱਤਾ ਇਹਨਾਂ ਨੂੰ ਜੀ, ਮੇਰੇ ਨੰਬਰ ਤੇ ਆਪਣਾ ਫੋਨ ਕਰਕੇ ਮੈਨੂੰ ਫੇਰ ਪੁੱਛ ਲੈਣ ਦੁਬਾਰਾ। ਜਾ ਰਹਾ ਦੀਆਂ ਚਾਚਾ ਤੇਰੇ ਤੇ। ਲਓ ਜੀ, ਬਾਸ ਜੀ, ਕੋਈ ਰਹਿ ਗਈ ਜਾਂ ਲੋਰ? 8 ਮੱਝਾਂ, ਇੱਕ ਝੋਟਾ। ਆਓ ਜੀ, ਉਹਨਾਂ ਨਾਰਾ ਮਾਰੀਆ ਇਧਰ ਆਓ ਸਾਰੇ, ਨਾਰਾ ਮਾਰੀਆ ਜੀ, ਆਜੋ ਜੀ, ਆਜੋ ਨਾਰਾ ਮਾਰੇ ਮੇਰੇ ਸਾਰੇ। ਲਓ ਜੀ, ਪਿੰਡ ਜਨਾਬ ਹੈਰਾ ਵਾਲਾ ਕਲਾਂ, ਬੁੱਧਵਾਰ ਦੀ ਵੀਡੀਓ, ਜ਼ਿਲ੍ਹਾ ਤਹਿਸੀਲ ਵਜ਼ੀਰਾਬਾਦ। ਸਾਰਿਆਂ ਭਰਾਵਾਂ ਦੀ ਮਿਹਰਬਾਨੀ, ਮੁਹੱਬਤ ਦਾ ਸ਼ੁਕਰੀਆ। ਅੱਲਾ ਪਾਕ ਸਾਰਿਆਂ ਭਰਾਵਾਂ ਨੂੰ ਖੁਸ਼ ਰੱਖੇ, ਮੁਲਕੇ ਪਾਕਿਸਤਾਨ ਤੇ ਪਾਕ ਆਰਮੀ ਨੂੰ ਅੱਲਾ ਪਾਕ ਸਲਾਮਤ ਰੱਖੇ, ਰਹਿੰਦੀ ਦੁਨੀਆ ਤੱਕ ਸ਼ਾਦ ਤੇ ਆਬਾਦ ਰਹੇ। ਨਾਰੇ ਦੀ ਆਵਾਜ਼ ਆਵੇ, ਤਾਜਦਾਰੇ ਖਤਮੇ ਨਬੂਵਤ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ।